ਗੁਰੂ ਪਿਆਰੀ ਸਾਧ ਸੰਗਤ ਜੀਓ ਜੇਕਰ ਸੁਸਾਈਡ ਕਰਨ ਦਾ ਚੇਤਾ ਮਨ ਦੇ ਵਿੱਚ ਆਉਂਦਾ ਹੈ ਨਾ ਵਾਰ-ਵਾਰ ਦਿਲ ਕਰਦਾ ਹੈ ਕਿ ਮੈਂ ਮਰ ਜਾਵਾਂ ਜਾਂ ਮੈਂ ਆਪਣੇ ਆਪ ਨੂੰ ਖਤਮ ਕਰ ਲਾਂ ਸੁਸਾਈਡ ਕਰ ਲਾਂ ਤਾਂ ਪਿਆਰਿਓ ਇੱਕ ਇਹ ਬੇਨਤੀ ਨੂੰ ਜ਼ਰੂਰ ਧਿਆਨ ਨਾਲ ਸੁਣ ਲਿਓ ਬਸ ਫਿਰ ਵੇਖਣਾ ਚਮਤਕਾਰ ਹਾਲਾਂਕਿ ਇਸ ਚੀਜ਼ ਨੂੰ ਸਮਝ ਲਿਓ ਵਿਚਾਰ ਲਿਓ ਮੈਂ ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰ ਦੇਣਾ ਮੈਂ ਕਹਿੰਨਾ ਕਦੇ ਵੀ ਕੋਈ ਖੁਦ ਖੁਸ਼ੀ ਦਾ ਖਿਆਲ ਹੀ ਆਪਣੇ ਮਨ ਚ ਨਾ ਕਰੇ ਕਰਨ ਦੀ ਤੇ ਦੂਰ ਦੀ ਗੱਲ ਰਹੇਗੀ ਅੱਜ ਕੱਲ ਸਭ ਤੋਂ ਵੱਧ ਜਿਹੜੇ ਮਾਮਲੇ ਨੇ ਉਹ ਖੁਦ ਖੁਸ਼ੀ ਦੇ ਨੇ ਮੈਂ ਹੈਰਾਨ ਹੋ ਜਾਂਦਾ ਕਈ ਵਾਰੀ ਕੋਈ ਬੰਦਾ ਸਰਕਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਗਿਆ ਕੋਈ ਬੰਦਾ ਨਾ ਮਿਲਣ ਵਾਲੀਆਂ ਸਹੂਲਤਾਂ ਤੋਂ ਕੋਈ ਬੰਦਾ ਸਰਕਾਰ ਦੀਆਂ ਲਾਰੇਵਾਜ਼ੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਗਿਆ ਕੋਈ ਕਰਜ਼ੇ ਦੀ ਮਾਰ ਹੇਠਾ ਕੇ ਕੋਈ ਔਲਾਦ ਦੇ ਕੀਤੇ ਹੋਏ ਗਲਤ ਕੰਮਾਂ ਤੋਂ ਬਦਨਾਮੀ ਨਾ ਝੱਲਦਾ ਹੋਇਆ ਖੁਦਕੁਸ਼ੀ ਕਰ ਗਿਆ ਕੋਈ ਕਿਵੇਂ ਕੋਈ ਕਿਵੇਂ ਪਤਾ ਹੀ ਨਹੀਂ ਲੱਗਦਾ ਕਿੱਧਰ ਕੀ ਹੋਈ ਜਾਂਦਾ ਵਾ ਸੋ ਮੈਂ ਪਿਆਰਿਓ ਇੱਕ ਬੇਨਤੀ ਜਿਹੜੀ ਐ ਜ਼ਰੂਰ ਕਰ ਦੇਵਾਂ ਇੱਕ ਚੀਜ਼ ਮੈਂ ਜ਼ਰੂਰ ਸਮਝਾ ਦੇਵਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਆਰਿਓ ਹਰ ਇੱਕ ਮਨੁੱਖ ਨੂੰ ਸਮਝਾਉਂਦੇ ਨੇ ਕਿ ਖੁਦਕੁਸ਼ੀ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ ਪਾਤਸ਼ਾਹ ਨੇ ਤੇ ਇਹ ਵੀ ਗੱਲ ਕਹੀ ਹੈ ਕਿ ਪਿਆਰਿਓ ਜੇਕਰ ਰਸਤੇ ਵਿੱਚ ਖੱਡੇ ਆਉਂਦੇ ਨੇ ਹਰੇਕ ਉਦਾਹਰਣ ਦਿੱਤੀ ਤੇ ਅਸੀਂ ਇਹ ਮਤਲਬ ਨਹੀਂ ਅਸੀਂ ਉੱਥੇ ਦੀ ਨੰਗਾਗੇ ਜਿੱਥੇ ਜਾਨ ਨੂੰ ਖਤਰਾ ਵੀ ਅਸੀਂ ਇਹੀ ਕੰਮ ਕਰਨਾ ਹੀ ਕਰਨਾ ਹੈ 파ਰਸ਼ਾ ਕਹਿੰਦੇ ਉੱਥੋਂ ਦੀ ਇੱਕ ਦੂਸਰਾ ਰਸਤਾ ਵੀ ਹੈ ਸ਼ਾਰਟਕਟ ਵੀ ਹੈ ਤੇ ਜੇਕਰ ਜ਼ਿੰਦਗੀ ਦੇ ਵਿੱਚ ਮਾੜਾ ਸਮਾਂ ਆ ਗਿਆ ਤੇ ਅਸੀਂ ਮਾੜੇ ਸਮੇਂ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਆ ਇਹ ਤਾਂ ਨਹੀਂ ਹੁੰਦਾ ਵੀ ਉੱਥੇ ਹੀ ਰੁਕ ਜਾਨੇ ਆ ਵਿੱਚ ਕੋਲੋ ਕੋਈ ਨਾ ਜੀ ਹੁਣ ਤੇ ਐਨਡੀ ਹੋ ਗਿਆ ਜੀ ਗੱਲ ਤਾਂ ਨਹੀਂ ਨਹੀਂ ਉੱਥੋਂ ਆਪਾਂ ਕੋਸ਼ਿਸ਼ ਕਰਦੇ ਆ ਵੀ ਵਾਪਸ ਆਈਏ ਮੂਵ ਔਨ ਹੁੰਨੇ ਆ ਆਪਾਂ ਮੈਂ ਗੁਰਮਖ ਪਿਆਰਿਓ ਬੇਨਤੀ ਕਰਕੇ ਧਿਆਨ ਦਵਾਦਾ ਏ ਸ਼ਰੀਰਾ ਮੇਰਾ ਪਾਰਸ਼ਾ ਕਹਿੰਦੇ ਹੇ ਸ਼ਰੀਰਾ ਧਿਆਨ ਕਰ ਜਾ ਤੂੰ ਜਗ ਮਹਿ ਆਇਆ ਤੂੰ ਜਗ ਦੇ ਵਿੱਚ ਆਇਆ ਨਾ ਜਗਤ ਦੇ ਵਿੱਚ ਆਇਆ ਤੇ ਯਾਦ ਰੱਖੀ ਸਤਗੁਰੂ ਦੀ ਮਰਜ਼ੀ ਦੇ ਨਾਲ ਆਇਆ ਸਤਗੁਰੂ ਨੇ ਤੈਨੂੰ ਜਨਮ ਦਿੱਤਾ ਸਤਗੁਰੂ ਸੱਚੇ ਪਾਤਸ਼ਾਹ ਤੇਰੇ ਪਾਲਨਹਾਰ ਨੇ ਪਾਰਸ਼ਾ ਨੇ ਤੇ ਇਹ ਵੀ ਕਿਹਾ ਪਾਤਸ਼ਾਹ ਕਹਿੰਦੇ ਸਹਿਲ ਪੱਥਰ ਮਹਜੰਤ ਉਪਾਏ ਤਾਂ ਕਾਰਜਿਕ ਆਗੈ ਕਰ ਧਰਿਆ ਤੂੰ ਦੁਖੀ ਨਾ ਹੋ ਪਾਤਸ਼ਾਹ ਕਹਿੰਦੇ ਪੱਥਰ ਦੇ ਵਿੱਚ ਵੀ ਇੱਕ ਕੀੜੇ ਨੂੰ ਪੈਦਾ ਕਰਕੇ ਸਤਿਗੁਰੂ ਨੇ ਉਹਦੇ ਤੱਕ ਵੀ ਰਿਜਕ ਪਹੁੰਚਾਇਆ ਤੂੰ ਤੇ ਜਿਉਂਦਾ ਜਾਗਦਾ ਜੀਵ ਐ ਪਾਤਸ਼ਾਹ ਨੇ ਤੈਨੂੰ ਪਾਲਿਆ ਤੈਨੂੰ ਸੰਭਾਲਿਆ ਆ ਉਹਦੀ ਕਿਰਪਾ ਨਾਲ ਤੂੰ ਜਗਤ ਦੇ ਵਿੱਚ ਆਇਆ ਸੰਸਾਰ ਦੇ ਵਿੱਚ ਆਇਆ ਪਿਆਰਿਆ ਤੇ ਗੁਰੂ ਤੇਰਾ ਪਾਲਣਹਾਰ ਐ ਤੇਰੀ ਹਰ ਇੱਕ ਸਮੱਸਿਆ ਦਾ ਹੱਲ ਵੀ ਗੁਰੂ ਨੇ ਲੱਭ ਕੇ ਰੱਖਿਆ ਹੋਇਆ ਐ ਫਿਰ ਕੀ ਹੋ ਗਿਆ ਜੇ ਮਾੜਾ ਜਾਂ ਸਮਾਂ ਆ ਗਿਆ ਤੇਰੇ ਤੇ ਖਰਾਬ ਫਿਰ ਕੀ ਹੋ ਗਿਆ ਜੇ ਮਾੜਾ ਜਾਂ ਸਮਾਂ ਤੇਰੇ ਤੇ ਗਲਤ ਆ ਗਿਆ ਫਿਰ ਕੀ ਹੋ ਗਿਆ ਜੇ ਮਾੜਾ ਜਾਂ ਸਮਾਂ ਤੇਰੇ ਤੇ ਅਜੀਹਾ ਆ ਗਿਆ ਤੇ ਤੂੰ ਤੇ ਦਿਲ ਹੀ ਛੱਡ ਗਿਆ ਤੂੰ ਤੇ ਬਿਲਕੁਲੀ ਡੋਲ ਗਿਆ ਡੋਲਣਾ ਨਹੀਂ ਹੈ ਡੋਲਣ ਤੋਤੇ ਸਤਿਗੁਰੂ ਨੇ ਰੱਖਿਆ ਆ ਪਾਤਸ਼ਾਹ ਕਹਿੰਦੇ ਡੋਲਣਾ ਨਹੀਂ ਜੇ ਤੂੰ ਡੋਲ ਗਿਆ ਫਿਰ ਤੇ ਸਾਰੀ ਕਹਾਣੀ ਆਊਟ ਹੋ ਜਾਣੀ ਐ ਜੇ ਤੂੰ ਡੋਲ ਗਿਆ ਨਾ ਫਿਰ ਤੇ ਗੱਲਬਾਤ ਹੀ ਸਾਰੀ ਆਊਟ ਹੋ ਜਾਣੀ ਐ ਡੋਲਣਾ ਨਹੀਂ ਹੈਗਾ ਸਤਿਗੁਰੂ ਕਹਿੰਦੇ ਡੋਲੀ ਨਾ ਜੇ ਡੋਲੇਗਾ ਨਾ ਫਿਰ ਬਹੁਤ ਮੁਸ਼ਕਲ ਹੋ ਜਾਣੀ ਐ ਡੋਲਣਾ ਨਹੀਂ ਡੋਲਣ ਤੋਤੇ ਬਿਨਾ ਤੇਰਾ ਸਾਰਾ ਕਾਰਜ ਹੋਵੇ ਡੋਲਣਾ ਨਹੀਂ ਸਮਰiddhi ਰੱਖਣੀ ਹੈ ਆਰਾਮ ਨਾਲ ਚੱਲਣਾ ਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿ ਪਿਆਰਿਆ ਯਾਦ ਰੱਖੀਂ ਮਨ ਦੇ ਵਿੱਚ ਖਿਆਲ ਹੀ ਨਾ ਆਵੇ ਕਿ ਤੂੰ ਮਰ ਜਾਣਾ ਤੇ ਖਿਆਲ ਹੀ ਨਾ ਆਵੇ ਕਿ ਤੇਰੇ ਖੁਦਕੁਸ਼ੀ ਕਰਨੀ ਹੈ ਹਾਂ ਠੀਕ ਹੈ ਜਿਵੇਂ ਸਤਿਗੁਰੂ ਨੇ ਲਿਖਿਆ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਜਾਣਾ ਤੇ ਹਰ ਇੱਕ ਨੇ ਹੈ ਤੇ ਪਰ ਆਪਣੇ ਆਪ ਮਰਨ ਤੋਂ ਨਾ ਕਦੇ ਸੋਚੀ ਵੀ ਮੈਂ ਖੁਦਕੁਸ਼ੀ ਕਰ ਜਾ ਪਾਤਸ਼ਾਹ ਕਹਿੰਦੇ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈਗੀ ਮਤ ਕਰੀ ਮਤ ਸੋਚੀ ਮੈਂ ਖੁਦ ਖੁਸ਼ੀ ਕਰ ਜਾਵਾਂ ਸਤਿਗੁਰੂ ਕਹਿੰਦੇ ਖੁਦ ਖੁਸ਼ੀ ਕਰਨ ਵਾਲਾ ਕਾਇਰ ਹੈ ਖੁਦ ਖੁਸ਼ੀ ਕਰਨ ਵਾਲਾ ਉਹ ਇੱਕ ਭੁਲੱਕੜ ਆਦਮੀ ਹੈ ਜਿਨੇ ਹਾਲਾਤਾਂ ਦਾ ਸਾਹਮਣਾ ਨਹੀਂ ਕੀਤਾ ਤੇ ਉਹ ਬੰਦਾ ਹਾਲਾਤਾਂ ਤੋਂ ਹਾਰ ਗਿਆ ਤੇ ਉਹ ਬੰਦਾ ਖੁਦ ਖੁਸ਼ੀ ਕਰ ਗਿਆ ਤੇ ਖੁਦ ਖੁਸ਼ੀ ਕਰਨ ਵਾਲਿਆਂ ਨੂੰ ਤਾਂ ਸਤਿਗੁਰੂ ਗੁਰੂ ਪਾਤਸ਼ਾਹ ਕਹਿੰਦੇ ਨੇ ਢੋਈ ਵੀ ਨਹੀਂ ਮਿਲਦੀ ਹਾਲਾਤਾਂ ਤੋਂ ਮੂੰਹ ਛਪਾ ਕੇ ਆ ਗਿਆ ਸਤਿਗੁਰੂ ਕਹਿੰਦੇ ਅਜੇਹਾ ਨਹੀਂ ਹੈਗਾ ਮੇਰੇ ਸਤਿਗੁਰੂ ਨੇ ਤੇ ਇਥੋਂ ਤੱਕ ਕਹਿ ਦਿੱਤਾ ਪਿਆਰਿਓ ਪਾਤਸ਼ਾਹ ਕਹਿੰਦੇ ਹਾਲਾਤਾਂ ਦੇ ਸਾਹਮਣੇ ਲੇਟਣਾ ਨਹੀਂ ਹਾਲਾਤਾਂ ਦੇ ਸਾਹਮਣੇ ਸਟਰੋਂਗ ਹੋਣਾ ਹੈ ਪਾਤਸ਼ਾਹ ਨੇ ਹਾਲਾਤ ਪੈਦਾ ਕੀਤੇ ਨੇ ਨਾ ਜਿਵੇਂ ਸਿਆਣੇ ਕਹਿੰਦੇ ਨੇ ਜੇ ਇੱਕ ਦਰਵਾਜ਼ਾ ਬੰਦ ਹੋ ਗਿਆ ਤੇ ਇੱਕ ਖਿੜਕੀ ਖੁੱਲੀ ਜ਼ਰੂਰ ਰੱਖਦਾ ਹੈ ਜੇ 10 ਦਰਵਾਜ਼ੇ ਬੰਦ ਹੋ ਗਏ ਆਪਣੇ ਲਈ ਸਾਰੇ ਦਰਵਾਜ਼ੇ ਬੰਦ ਹੋ ਗਏ ਤੇ ਇੱਕ ਦਰਵਾਜ਼ਾ ਖੁੱਲਾ ਜ਼ਰੂਰ ਰੱਖਦਾ ਹੈ ਜੋ ਕਿ ਪਾਤਸ਼ਾਹ ਕਹਿੰਦੇ ਆ ਨਾ ਦਸਮਾ ਗੋਪਤਰ ਖਾਇਆ ਪਾਤਸ਼ਾਹ ਕਹਿੰਦੇ 10ਵਾਂ ਜਿਹੜਾ ਦਰਵਾਜ਼ਾ ਸੀ ਉਹਨੇ ਗੋਪਤਰ ਖਾ ਲਿਆ ਉਹਨੇ ਕਿਉਂ ਗੋਪਤਰ ਖਾ ਲਿਆ ਕਿ ਉਹ ਗੁਰੂ ਦਾ ਦਰਬਾਰ ਹੈ ਸਤਗੁਰੂ ਦਾ ਦਰਬਾਰ ਹੈ ਸਾਰੇ ਪਾਸਿਆਂ ਤੋਂ ਘੇਰ ਕੇ ਉਹਨੇ ਤੈਨੂੰ ਇੱਧਰਲੇ ਪਾਸੇ ਲੈ ਕੇ ਆਉਣਾ ਮੈਂ ਬੇਨਤੀ ਕਰਾਂ ਕਿੰਨੇ ਨੌਜਵਾਨ ਨੇ ਕਿੰਨੀਆਂ ਗਲਤੀਆਂ ਕਰਕੇ ਉਹ ਸਹੀ ਮਾਰਗ ਤੇ ਪਹਗੇ ਉਹ ਕਹਿੰਦੇ ਜੀ ਹਾਂਜੀ ਗਲਤ ਮਾਰਗ ਤੇ ਤੁਰੇ ਸੀ ਅਸੀਂ ਬੜੇ ਕੰਮ ਅਜੇਹੇ ਵੀ ਕੀਤੇ ਨੇ ਜੋ ਸ਼ਾਇਦ ਠੀਕ ਨਹੀਂ ਸੀ ਪਰ ਜਦੋਂ ਹਾਰ ਹੋ ਗਈ ਇਹ ਲੱਗਣ ਲੱਗ ਪਿਆ ਕਿ ਅਸੀਂ ਗਲਤਾਂ ਸਾਨੂੰ ਇਹ 6 ਵੱਜੀ ਮੰਨ ਦੇ ਉੱਤੇ ਵੀ ਹਾਂ ਵਾਕਈ ਅਸੀਂ ਗਲਤਾਂ ਤੇ ਸਮਾਂ ਬਣਿਆ ਤੇ ਸੱਟਾਂ ਸੁੱਟਾਂ ਖਾ ਕੇ ਅਸੀਂ ਸਹੀ ਮਾਰਗ ਤੱਕ ਪਹੁੰਚ ਗਏ ਤੇ ਸ਼ਾਇਦ 파ਤਸ਼ਾਹ ਨੇ ਸਾਡੇ ਦਿਲ ਨੂੰ ਚੋਟ ਇਸੇ ਕਰਕੇ કરી ਸੀ ਕਿ ਅਸੀਂ ਸਹੀ ਮਾਰਗ ਤੱਕ ਪੁੱਜ ਜਾਈਏ ਅਜੋ ਗੁਰੂ ਦਾ ਸ਼ੁਕਰਾਨਾ ਕਰਦੇ ਨੇ ਮੈਂ ਬੇਨਤੀ ਕਰਾਂ ਕਿ ਖੁਦਕੁਸ਼ੀ ਨਾ ਕਰੋ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈਗੀ ਤੁਸੀਂ ਤੇ ਖੁਦਕੁਸ਼ੀ ਕਰ ਜਾਂਦੇ ਹੋ ਤੇ ਮਗਰ ਲਿਆਂ ਦਾ ਖੀ ਬਣੂ ਕਦੇ ਸੋਚਿਆ ਤੁਸੀਂ ਕਰਜ਼ਿਆਂ ਕਰਕੇ ਖੁਦਕੁਸ਼ੀ ਕਰ ਜਾਂਦੇ ਨੇ ਮੈਂ ਕਹਿੰਨਾ ਪਹਿਲਾਂ ਹੀ ਪੈਰ ਦੇਖ ਕੇ ਪਸਾਰੋ ਇਹ ਨੌ ਵੀ ਤਨਾ ਆਵੇ ਤੁਸੀਂ ਖੁਦਕੁਸ਼ੀ ਕਰੋ ਜਾਂ ਫਿਰ ਜੇ ਕਰਜ਼ਾ ਚੜ ਗਿਆ ਤੇ ਹੌਸਲਾ ਰੱਖੋ ਕੋਈ ਗੱਲ ਨਹੀਂ ਕਰਜ਼ਾ ਚੜਿਆ ਤੇ ਉਤਰ ਜੂਗਾ ਕੋਈ ਗੱਲ ਨਹੀਂ ਇਹਦਾ ਇਹ ਮਤਲਬ ਨਹੀਂ ਤੁਸੀਂ ਖੁਦਕੁਸ਼ੀ ਕਰ ਜੋ ਤੇ ਮਗਰ ਲਿਆਂ ਦੇ ਵਿੱਚ ਤੁਹਾਡੀ ਜਾਨ ਵਸਦੀ ਹੈ ਤੇ ਉਹਨਾਂ ਨੂੰ ਛੱਡ ਕੇ ਤੁਸੀਂ ਬੜੀ ਮੁਸ਼ਕਲ ਨਾਲ ਜਾਨੇ ਹੋ ਤੇ ਫਿਰ ਵੀ ਸੁਰਤੀ ਉੱਥੀ ਪਈ ਰਹਿੰਦੀ ਹੈ ਮੈਂ ਬੇਨਤੀ ਕਰਾਂ ਇੱਕ ਬੰਦਾ ਸੀ ਕਰਜਾ ਬਹੁਤ ਚੜ ਗਿਆ ਤੇ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਹੈ ਮੱਥਾ ਟੇਕ ਕੇ ਸੇਵਾ ਕਰਕੇ ਦੂਜੇ ਦਿਨ ਜਦੋਂ ਵਾਪਸ ਆਉਂਦਾ ਨਾ ਪ੍ਰਕਰਮਾਂ ਦੇ ਵਿੱਚ ਬੈਠ ਗਿਆ ਅਰਦਾਸ ਕਰਦਾ ਹੈ 파ਰਸ਼ਾ ਜੀ ਮੈਂ ਤੇ ਮਰ ਜਾਣਾ ਮੈਂ ਤੇ ਘਰ ਜਾ ਕੇ ਖੁਦ ਖੁਸ਼ੀ ਕਰ ਲੈਣੀ ਆ ਪਰ ਮੇਰੇ ਪਰਿਵਾਰ ਦਾ ਖਿਆਲ ਰੱਖਿਓ ਇਹ ਜ਼ਿੰਮੇਵਾਰੀ ਸਤਗੁਰੂ ਤੁਹਾਡੀ ਹੈ ਮਨ ਦੇ ਵਿੱਚ ਖਿਆਲ ਆਇਆ ਮਨਾ ਤੈਂ ਤੇ ਮਰ ਜਾਣੇ ਹੈ ਤੇ ਗੁਰੂ ਨੂੰ ਤੂੰ ਕਹਿ ਰਿਹਾ ਖਿਆਲ ਰੱਖੀ ਤੇ ਗੁਰੂ ਤੇਰਾ ਵੀ ਤੇ ਖਿਆਲ ਰੱਖ ਰਿਹਾ ਤੇਰੇ ਪਰਿਵਾਰ ਦਾ ਵੀ ਖਿਆਲ ਬਾਅਦ ਚ ਰੱਖੂਗਾ ਤੂੰ ਰਹੇ ਨਾ ਰਹੇ ਖਿਆਲ ਆਇਆ ਮਨ ਦੇ ਵਿੱਚ ਫੇਰ ਵਾਪਸ ਆ ਗਿਆ ਮਨ ਨੂੰ ਚੋਟ ਮਿਲੀ ਕਿ ਨਹੀਂ ਖੁਦਕੁਸ਼ੀ ਨਹੀਂ ਕਰਨੀ ਪਾਤਸ਼ਾਹ ਨੇ ਕਹਿੰਦੇ ਨੇ ਖੁਦਕੁਸ਼ੀ ਨਹੀਂ ਚੇਤਾ ਆ ਗਿਆ ਗੁਰੂ ਦਾ ਵੀ ਨਹੀਂ ਖੁਦਕੁਸ਼ੀ ਨਹੀਂ ਕਰਨੀ ਇਸ ਕਰਕੇ ਥੋੜਾ ਬਹੁਤਾ ਭਰੋਸਾ ਰੱਖੋ ਗੁਰੂ ਤੇ ਖੁਦਕੁਸ਼ੀ ਨਾ ਕਰੋ ਮਸਲਿਆਂ ਦਾ ਹੱਲ ਲੱਭੋ ਹਰ ਇੱਕ ਮਸਲੇ ਦਾ ਹੱਲ ਹੁੰਦਾ ਹੈ ਅਜਿਹੀ ਕੋਈ ਗਮਰਦਨੀ ਜਿਹਦਾ ਕੋਈ ਹੱਲ ਨਾ ਹੋਵੇ ਖੁਦ ਖੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਜਿਉਂਦਾ ਜੀ ਬੰਦਾ 100 ਮਸਲਿਆਂ ਦੇ ਹੱਲ ਕਰ ਲੈਂਦਾ ਪਰ ਮਰ ਕੇ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਇਹ ਗੱਲ ਹਮੇਸ਼ਾ ਯਾਦ ਰੱਖਿਓ ਪਿਆਰਿਓ ਸਤਿਗੁਰੂ ਕਿਰਪਾ ਕਰਨ ਇਹ ਬੇਨਤੀਆਂ ਮੈਂ ਕਰਨੀਆਂ ਚਾਹੁੰਦਾ ਸੀ ਇਹ ਵਿਸ਼ਾ ਬਹੁਤ ਵੱਡਾ ਸੀ ਮੇਰੇ ਖਿਆਲ ਦੇ ਵਿੱਚ ਸਮਝ ਗਏ ਹੋਵੋਗੇ ਪਿਆਰਿਓ ਸੋ ਪ੍ਰਵਾਨ ਕਰਿਓ ਜੀ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ